दोस्तों आज मैं जा रहा चमकीला जी दे घर जमालपुर ते जमालपुर जाके उन्होंने डैथ होने तो पहला लेंटर जिस कोठी के उत्ते पाते सी वो सारी कोठी ते वो सारिया जगह थानू दिखाउण जा रहे हैं। आज थानू लेके पहुँचते हैं जमालपुर चमकीले की कोठी च। दोस्तों सारिया के कहने अज मैं पहुँचा चमकीला जी के घर जिस दिन डैथ हुई आ उस दिन आ थले का गेट आ जैमन चमकीला गेट के मूहरे खड़े आते पाली जिते तक कंध दसती उत्थे तक यह कोठी आरला लेंटर आ वो जड़ा जिस दिन कहते 7 तरीक न लेंटर खोलना सगा हिसाब किताब करना सी उस दिन प्रोग्राम नहीं सी 8 तरीक न मैसमपुर जाते अपना जैमन के मूहों ये चमकीले का घर आ देख लो एक बार फिर आ है गेट वाला आ उपरली छत आंटर आकी जैमन के मूहों आप सारी गलबात सुनते हैं किदा किदा हुई सी उदा गेट के मूहरे चलो उ। हाँ जैमन जी आप लोगों अभी थोड़े घर दिखा लेना सगा तो वो बारे दसना सगा तो अंदर बहर बैठे बहरली कंट्रिया तो देश विदेशों तो पंजाब तो सारे प्यार भरी सत श्री अकाल। मेरे वालों भी सत श्री अकाल जी सारे। अज मैं कैमरे के सामने नहीं आ सकता अच्छा करके जैमन उन्हें दसणगे तो मैं वीडियो शूट करूंगा। हाँ जी हाँ जी जैमन जी 7 तरीक न 6 तरीक का शायद प्रोग्राम से साहब। हाँ जी हाँ जी तो 7 तरीक की इस कोठी इस घर के जिते अभी रहने। हाँ जी हाँ जी ए बारे दसो उस दिन की सगा सारी गलबात। 7 तरीक न लेंटर खोलिया जी सिर्फ लेंटर ही पिया होया ਠੀਕ ਆ। ਥੱਲੇ ਬੈਡਰੂਮ ਤੇ ਕਿਚਨ ਕੀ ਥੱਲੇ ਬਣਿਆ ਸੀਗਾ? ਥੱਲੇ ਬੈਡਰੂਮ ਸੀਗਾ, ਇੱਕ ਉਹਨਾਂ ਦਾ ਲਿਵਿੰਗ ਰੂਮ ਸੀਗਾ, ਕਿਚਨ ਸੀਗਾ, ਬਾਥਰੂਮ ਸੀਗਾ, ਰਸੋਈ ਸੀ, ਇੱਕ ਉਹਨਾਂ ਦੀ ਬੈਠਕ ਆ ਵਾਲੀ। ਅੱਛਾ ਜੀ ਇਹਦੇ ਵਿੱਚ ਇਹ ਦੋ ਜਣੇ ਮੰਮੀ ਡੈਡੀ ਅਮਰਜੋਤ ਤੇ ਚਮਕੀਲਾ ਦੋਨੇ ਥੱਲੇ ਵਾਲੇ ਪੋਸ਼ਨ ਦੇ ਵਿੱਚ। ਦੇਖੋ ਜੀ ਆਹ ਥੱਲੇ ਵਾਲਾ ਪੋਸ਼ਨ ਆ, ਆਹ ਗੱਡੀ ਵੀ ਇਹਨਾਂ ਦੀ ਖੜੀ ਆ, ਇੱਥੇ ਪਾਰਕਿੰਗ ਪਹਿਲਾਂ ਘਾ ਲੱਗਿਆ ਸੀ ਹੁਣ ਇਹਨਾਂ ਨੇ ਪੱਕਾ ਕਰਕੇ ਸੀਗਾ ਸਾਰੇ ਇਹ ਹੁਣ ਕਰਵਾਈ ਆ, ਹੁਣ ਕਰਵਾਇਆ ਕੰਮ ਜੈਮਨ ਨੇ ਇਹ ਤੇ ਇਹ ਇੱਥੇ ਪਹਿਲਾਂ ਚਮਕੀਲੇ ਹੋਣੀ ਅਮਰਜੋਤ ਤੇ ਚਮਕੀਲਾ ਦੋਏ ਥੱਲੇ ਵਾਲੇ ਪੋਸ਼ਨ ਦੇ ਵਿੱਚ ਰਹਿੰਦੇ ਸੀਗੇ। ਉੱਥੇ ਸੀਗਾ ਇੱਕ ਛੋਟਾ ਜਿਹਾ ਛੋਟਾ ਗੇਟ ਪਰਲੇ ਪਾਸੇ ਗੇਟ ਸੀ ਉਹ ਸਾਈਡ ਤੇ ਸੀ ਇਸ ਆ ਵੱਡਾ ਰਸਤਾ ਜਿਹੜਾ। ਹਾਂ ਜਿੱਥੇ ਤੀਸਰਾ ਅਸ਼ੋਕਾ ਆਉਂਦਾ ਨਾ ਇੱਥੇ ਇੱਕ ਗੇਟ ਸੀ ਛੋਟਾ ਜਿਹਾ ਆ ਬਿਲਕੁਲ ਗੇਟ ਪਹਿਲਾਂ ਜਦੋਂ ਚਮਕੀਲੇ ਹੋਣੀ ਸੀਗੇ ਤਾਂ ਇੱਥੇ ਇਸ ਕੁੰਜੇ ਦੇ ਉੱਤੇ ਛੋਟਾ ਗੇਟ ਹੁੰਦਾ ਸੀਗਾ ਤੇ ਆਹ ਨਿਸ਼ਾਨ ਆ ਗੇਟ ਵੱਡੇ ਦਾ ਇੱਥੇ ਸੀਗਾ ਆ ਚਬਾਰੇ ਦਾ ਇਹ ਐਂ ਸੀਗਾ ਇਧਰੋਂ ਐਂਟਰੀ ਸੀਗੀ ਚਮਕੀਲਾ ਸਾਹਿਬ ਉਹਨਾਂ ਦੀ ਤੇ ਆ ਥੱਲੇ ਵਾਲਾ ਪੋਸ਼ਨ ਜਿਹੜਾ ਆ ਇੱਥੇ ਨਹੀਂ ਆ ਬਣਿਆ ਸੀਗਾ ਇਹਦਾ ਲੈਂਟਰ ਪੈਂਦਾ ਸੀ ਉਹ ਉੱਪਰਲਾ ਪੋਸ਼ਨ ਜਿਹੜਾ ਆ ਇਹ ਬਾਅਦ ਵਿੱਚ ਜਦੋਂ ਡੈਥ ਹੁੰਦੀ ਆ ਉਦੋਂ ਬਣਾ ਰਹੇ ਸੀ ਠੀਕ ਆ ਜੀ ਅਤੇ ਇਹ ਵੱਡੇ ਰਸਤਾ ਆ ਆਉਂਦਾ ਇਹਨਾਂ ਦੇ ਇੱਧਰ ਅਤੇ ਹੁਣ ਇਹਦਾ ਰੰਗ ਆ ਵੀ ਵੱਡਾ ਹੀ ਆ ਵੈਸੇ ਰਸਤਾ ਮੈਨੂੰ ਪਰਫੈਕਟ ਕੋਰਨਰ ਦੇ ਉੱਪਰ ਇਹ ਕੋਠੀ ਇਹਨਾਂ ਦੀ ਅਤੇ ਥੱਲੇ ਵਾਲਾ ਪੋਸ਼ਨ ਬਣਿਆ ਸੀਗਾ ਫਿਰ ਦੱਸ ਦਈਏ ਉੱਪਰਲਾ ਪੋਸ਼ਨ ਬਣ ਰਿਹਾ ਸੀ ਉਦੋਂ ਜਿੱਦਣ ਉਹਨਾਂ ਦੀ ਡੈਥ ਹੁੰਦੀ ਉੱਪਰਲੇ ਪੋਸ਼ਨ ਦੇ ਉੱਪਰਲੇ ਪੋਸ਼ਨ ਦੇ ਵਿੱਚ ਜਿਵੇਂ ਸਾਹਮਣੇ ਆ ਜਾਓ ਇੱਥੇ ਦੇ ਕੋਲ ਉੱਪਰਲੇ ਪੋਸ਼ਨ ਦੇ ਵਿੱਚ ਕੀ ਬਣਾਇਆ ਉੱਪਰਲੇ ਪੋਰਸ਼ਨ 'ਚ ਵੀ ਜਿਵੇਂ ਥੱਲੇ ਆ 3 ਕਮਰੇ ਕਿਚਨ ਬਾਥਰੂਮ ਬੈਠ ਕੇ ਇੱਦਾਂ ਹੀ ਮਤਲਬ ਸੇਮ ਉੱਪਰ ਇੱਦਾਂ ਹੀ ਆ ਇੱਕ ਮਤਲਬ ਛੋਟੇ ਭਰਾ ਲਈ ਤਿਆਰ ਕਰਦੇ ਸੀ ਉੱਪਰ ਹਾਂਜੀ ਹਾਂਜੀ ਇੱਦਾਂ ਹੀ ਕੀਤਾ ਹੋਇਆ ਸੀ ਹੁਣ ਤੱਕ ਤਾਂ ਉਹਨਾਂ ਨੂੰ ਪਤਾ ਨਹੀਂ ਕਿੰਨੇ ਕਰਦੇ ਨਹੀਂ ਸੀਗੇ ਉਹਨਾਂ ਨੇ ਤਾਂ ਪਰ ਉਸ ਟਾਈਮ ਦੇ ਸਮੇਂ ਦੇ ਹਿਸਾਬ ਨਾਲ ਇਹ ਵਧੀਆ ਸੀਗਾ ਤੇ ਇੱਕ ਰਸਤਾ ਇੱਕ ਆ ਦੇਖੋ ਆ ਇੱਥੋਂ ਗੱਡੀ ਗੁੱਡੀ ਲੰਘਦੀ ਹੁਣ ਤਾਂ ਬੰਦ ਕੀਤਾ ਹੋਇਆ ਇੱਥੋਂ ਗੱਡੀ ਲੰਘ ਕੇ ਰਸਤੇ ਤਾਂ ਮੈਂ ਦਿਖਾ ਤੇ ਮੇਨ ਵੇ ਰੋਡ ਵੀ ਮੇਨ ਰੋਡ ਵੀ ਆਪਣੇ ਇਹ ਲੁਧਿਆਣਾ ਤੇ ਚੰਡੀਗੜ੍ਹ ਨੂੰ ਜਮਾਲਪੁਰ ਨੂੰ ਸਮਰਾਲਾ ਚੌਂਕ ਜਿੱਧਰ ਮਰਜੀ ਨਿਕਲ ਜੋ ਇਧਰੋਂ ਦਿੱਲੀ ਚੌਂਕ ਜਿੱਧਰ ਮਰਜੀ ਨਿਕਲ ਜੋ ਇਧਰਲੇ ਪਾਸੇ ਫਿਰੋਜ਼ਪੁਰ ਰੋਡ। ਹਾਂਜੀ ਇਹ ਫਿਰ ਜਿੱਥੋਂ ਦਿੱਲੀ ਤੋਂ ਚੰਡੀਗੜ੍ਹ ਰੋਡ ਜਾਂਦਾ ਤਕਰੀਬਨ ਉਤੋਂ ਕਿਲੋਮੀਟਰ ਸਾਈਡ ਤੇ ਉੱਥੇ ਹੀ ਉੱਪਰ ਹੀ ਆ ਉਸ ਰੋਡ ਦੇ ਵੱਡੇ ਰਸਤੇ ਆ ਤੇ ਕਾਰਨਰ ਤੇ ਇਹਨਾਂ ਦੀ ਜਿਹੜੀ ਕੋਠੀ ਆ ਕਾਰਨਰ ਤੇ ਪਲਾਟ ਲੈ ਕੇ ਕਾਰਨਰ ਤੇ ਬਣਾਈ ਸੀ ਨੇ ਦੋ ਰਸਤੇ ਲੱਗਦੇ ਇਹਨੂੰ ਇੱਕ ਆ ਰਸਤਾ ਇੱਕ ਇਧਰਲਾ ਰਸਤਾ ਤੇ ਇਧਰ ਉਹਦਾ ਚਮਕੀਲਾ ਸਾਹਿਬ ਉਹਨਾਂ ਨੇ ਥੱਲੇ ਵਾਲੀ ਫਲੋਰ ਤੇ ਐਂਟਰੀ ਰੱਖੀ ਸੀ ਹੁਣ ਗੇਟ ਇਹਨਾਂ ਨੇ ਇੱਧਰਲੇ ਮੁੜ ਕੇ ਰਸਤੇ ਦੇ ਇਸਤੇ ਬਣਾਇਆ ਇਹ ਪਾਰਕਿੰਗ ਤੇ ਆਹ ਫਲੋਰ ਦੇ ਵਿੱਚ ਜਦੋਂ ਰਹਿੰਦੇ ਸੀਗੇ ਦੋ ਜਣੇ ਤੇ ਫਿਰ ਇਹਨਾਂ ਦਾ ਇੱਕ ਗੇਟ ਇੱਧਰ ਵੀ ਆ ਚਲੋ ਦੇਖੀਏ ਕਿੰਨੇ ਪਾਸੇ ਇਹਦੀ ਇੱਧਰ ਦੀ ਐਂਟਰੀ ਰੱਖੀ ਇਹਨਾਂ ਨੇ ਤੇ
ਇਹਦੇ ਬਾਰੇ ਸਾਰਾ ਚਾਹੁੰਦਾ ਆ ਐਂਟਰੀ ਇਹਨਾਂ ਨੇ ਹੁਣ ਇੱਧਰ ਨੂੰ ਰੱਖੀ ਆ ਉੱਧਰ ਗੱਡੀ ਉੱਧਰ ਪਾਰਕ ਕਰ ਲੈਂਦੇ ਆ ਉੱਪਰਲੀ ਫਲੋਰ ਜਿਹੜੀ ਬਣਦੀ ਸੀਗੀ ਉਦੋਂ ਆਹ ਬਣਿਆ ਸੀ ਜਿਹੜਾ ਥੱਲੇ ਦਾ ਇਹਨਾਂ ਦੇ ਨਹੀਂ ਬਸ ਆਪਾਂ ਚਲੋ ਆਹ ਥੱਲੇ ਹੋ ਗਈ ਐਂਟਰੀ ਇਹਨਾਂ ਦੀ ਜੀ ਆਹ ਪੌੜੀਆਂ ਅਤੇ ਰਸੋਈ ਹੋ ਗਈ ਜੀ ਕੰਮ ਕਰਦੇ ਕਿਚਨ ਦੇ ਵਿੱਚ ਚਮਕੀਲਾ ਸਾਹਿਬ ਜੀ ਦਾ ਬੈਡ ਆ ਜੀ ਓਹੀ ਬੈਡ ਉਹਨਾਂ ਦਾ ਰੱਖਿਆ ਤੇ ਡਰੈਸਿੰਗ ਟੇਬਲ ਅਮਰਜੋਤ ਜੀ ਦਾ ਦੇਖ ਲੋ ਤੁਸੀਂ ਆਇਆ ਜੀ ਉਸੇ ਟਾਈਮ ਦਾ ਇਸੇ ਤਰ੍ਹਾਂ ਸੰਭਾਲ ਕੇ ਰੱਖਿਆ ਇਹਨਾਂ ਨੇ ਤੇ ਬੈਡ ਉਹਨਾਂ ਦਾ ਉਹੀ ਬੈਡਰੂਮ ਪਹਿਲਾਂ ਦੋ ਕਮਰੇ ਹੁੰਦੇ ਸੀ ਇੱਥੇ ਕੂਲਰ ਲਾਇਆ ਹੋਇਆ ਸੀ ਉਹਨਾਂ ਨੇ ਇਹ ਕਮਰਾ ਦਾ ਬਾਅਦ ਚੋਂ ਪਾਇਆ ਪਰ ਜਿੱਥੇ ਵਿੰਡੋ ਆ ਉੱਥੋਂ ਜਿੱਥੇ ਆਪਾਂ ਪਹਿਲਾਂ ਬੈਠੇ ਸੀ ਕੂਲਰ ਲੱਗਿਆ ਸੀ ਠੀਕ ਹੈ ਇੱਥੇ ਇਕੱਲਾ ਬਸ ਐਂ ਸੀਗਾ ਇੱਥੇ ਕੂਲਰ ਲੱਗਿਆ ਹੋਇਆ ਸੀਗਾ ਕਮਰਾ ਨਹੀਂ ਪਿਆ ਹੋਇਆ ਸੀ ਪਹਿਲਾਂ ਆਹ ਦੋ ਕਮਰੇ ਹੀ ਸੀਗੇ ਪਹਿਲਾਂ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਨੇ ਹੁਣ ਇੱਧਰ ਰਿਹਰਸਲ ਕਰ ਲਈ ਮਿਊਜ਼ੀਸ਼ੀਅਨ ਬੈਠੇ ਆ ਰਿਹਰਸਲ 'ਤੇ ਤੁਹਾਨੂੰ ਗਾਣਾ ਵੀ ਸੁਣਾਵਾਂਗੇ ਬਾਅਦ ਵਿੱਚ ਭਾਈ ਤੁਹਾਡਾ ਕੀ ਨਾਮ ਬਲਰਾਮ ਰਿਸ਼ੀ ਬਲਰਾਮ ਰਿਸ਼ੀ ਹਾਂਜੀ ਬਲਰਾਮ ਰਿਸ਼ੀ ਜੀ ਬਹੁਤ ਪੁਰਾਣੇ ਟਾਈਮ ਤੋਂ ਹਾਰਮੋਨੀਅਮ ਪਲੇ ਕਰਦੇ ਰਹੇ ਜੀ ਪਹਿਲਾਂ ਤੇ ਮੈਂਡੋਲਿਨ ਦੀ ਵਜਾਓ ਅੱਛਾ ਮੈਂ ਠੀਕ ਹੈ ਜੀ ਠੀਕ ਇਹ ਆਪਣੇ ਪੁਰਾਣੇ ਸਮੇਂ ਤੋਂ ਕਾਫੀ ਟਾਈਮ ਤੋਂ ਕੇ ਐਸ ਮੱਖਣ ਹੋਣਾ ਦੇ ਸਮੇਂ ਤੋਂ ਜਦੋਂ ਗੁਰਦਾਸ ਮਾਨ ਹੋਣਾ ਦਾ ਹੋਰ ਤੁਸੀਂ ਦੱਸ ਦਿਓ ਆਪਣੇ ਮੂੰਹ ਨਾਲ ਸਰਦੂਲ ਸਿਕੰਦਰ ਸਾਹਿਬ ਗੁਰਦਾਸ ਮਾਨ ਜੀ ਔਰ ਕਲੇਰ ਕੰਠ ਕੇ ਐਸ ਮੱਖਣ ਜਸਵੰਤ ਸੰਦੇਲਾ ਜੀ ਮੁਹੰਮਦ ਸਦੀਕ ਸਾਹਿਬ ਇਹ ਪਹਿਲਾਂ ਤੋਂ ਤੁਸੀਂ ਸਿੰਘ ਸਰਦਾਰ ਸਾਹਿਬ ਜੀ ਸੀ ਜਾਂ ਕਿ ਪਹਿਲਾਂ ਹੋਰ ਰੂਪ ਆਪਣਾ ਹੁੰਦਾ ਸੀਗਾ ਉਸ ਟਾਈਮ ਕਿਉਂਕਿ ਲੋਕ ਦੇਖਣਗੇ ਤਾਂ ਪਛਾਣਨਗੇ ਕਹਿਣਾ ਬੰਦਾ ਤਾਂ ਨਾਲ ਉਹਨਾਂ ਦੇ ਹੈ ਨਹੀਂ ਕਿਉਂ ਵੀਡੀਓ ਬਹੁਤ ਪੁਰਾਣੀਆਂ ਪੁਰਾਣੀਆਂ ਜਿਹੜੀਆਂ ਨਾ ਚੈਨਲਾਂ ਦੇ ਉੱਤੇ ਯੂਟਿਊਬ ਦੇ ਨਿਕਲ ਆਉਂਦੀਆਂ ਤਾਂ ਕਰਕੇ ਤੁਸੀਂ ਆਪਣਾ ਸਹੀ ਹੁਲੀਆ ਦੱਸ ਦਿਓ ਨਾ ਕਿੱਦਾਂ ਸੀ ਮੈਂ ਆ ਜਿਹੜਾ ਪਿਛਲਾ ਲੋਕਡਾਊਨ ਸੀ ਜੀ ਹਾਂਜੀ ਉਦੋਂ ਤੋਂ ਹੀ ਮੈਂ ਦਾੜੀ ਕੇਸ ਰੱਖੇ ਆ ਹਾਂਜੀ ਠੀਕ ਹੈ ਮੇਰੇ ਵਾਂਗੂ ਮੈਂ ਵੀ ਉਦੋਂ ਦਾੜੀ ਰੱਖੀ ਹੈ ਜਦੋਂ ਲੋਕਡਾਊਨ ਹਾਂਜੀ ਹੋਇਆ ਸੀ ਤੇ ਉਦੋਂ ਤੋਂ ਮੈਂ ਦਾੜੀ ਕੇਸ ਰੱਖ ਲਏ ਸੀ ਠੀਕ ਹੈ ਜੀ ਉਸ ਤੋਂ ਪਹਿਲਾਂ ਮੈਂ ਕਲੀਨ ਸ਼ੇਪ ਸੀ ਬਿਲਕੁਲ ਕਲੀਨ ਸੀ ਜਦੋਂ ਉਹਨਾਂ ਨਾਲ ਕੰਮ ਕਰਦੇ ਰਹੇ ਪਹਿਲੇ ਟਾਈਮ 'ਚ ਕਿਹੜੇ ਕਿਸਮ ਦੀ ਗੱਲ ਹੋ ਗਈ ਉਹ ਮੱਖਣ ਨਾਲ ਤਾਂ ਮੈਂ ਮੇਰਾ ਖਿਆਲ ਕਰਦਾ ਰਿਹਾ 12 ਤੱਕ ਜਦੋਂ ਜ਼ਿਆਦਾ ਕੰਮ ਤੁਹਾਨੂੰ ਮਿਲਦਾ ਰਿਹਾ ਮਤਲਬ 2001-2 ਤੋਂ ਜਾਂ ਉਦੋਂ ਬਾਅਦ 'ਚ ਨਹੀਂ ਕੰਮ ਤਾਂ ਅਸੀਂ 94-95 ਤੋਂ 94-95 ਤੋਂ ਕਰਦੇ ਹਾਂ ਉਹਦੀ ਪੁਰਾਣੇ ਪੁਰਾਣਾ ਟਾਈਮ ਹੋ ਗਿਆ ਨਾ 20 ਸਾਲ ਤੋਂ ਪਹਿਲਾਂ ਪੁਰਾਣਾ ਟਾਈਮ ਹੋ ਜਾਂਦਾ ਸੰਦੀਲਾ ਸਾਹਿਬ ਨਾਲ ਹੋਰ ਮੁਹੰਮਦ ਸਦੀਕ ਸਾਹਿਬ ਨਾਲ ਕੁਲਦੀਪ ਪਾਰਸ ਨਾਲ ਸਾਰਿਆਂ ਨਾਲ ਕੰਮ ਕਰਦੇ ਰਹੇ ਹਾਂ ਜਸਵਿੰਦਰ ਬਰਾੜ ਠੀਕ ਹੈ ਠੀਕ ਹੈ ਜੀ ਤੇ ਇਦਾਂ ਫਿਰ ਅੱਗੇ ਅੱਗੇ ਸੰਦੂਲ ਭਾਜੀ ਠੀਕ ਹੈ ਜੀ ਸਮੱਖਣ ਕਲੇਰ ਕੰਠ ਠੀਕ ਹੈ ਜੀ ਭੁੱਲਾ ਸਰਾਲੇ ਵਾਲਾ ਹਾਂਜੀ ਹਾਂਜੀ ਮੈਂ ਮੈਨੂੰ ਪਤਾ ਇਹ ਸਾਡੇ ਸਮਿਆਂ ਦੇ ਆ ਜੀ ਭੁੱਲਾ ਡਰਾਮੇ ਵੀ ਕਰਦੇ ਰਹੇ ਨਾ ਭੁੱਲਾ ਸਰਾਲੇ ਵਾਲਾ ਡਰਾਮੇ ਕਰਦੇ ਹੁੰਦੇ ਸੀ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਗਾਉਣਾ ਸ਼ੁਰੂ ਕੀਤਾ ਹਾਂ ਸਾਡੇ ਲਾਗੇ ਉੱਧਰ ਹੀ ਆ ਹਾਂਜੀ ਸਾਡੇ ਏਰੀਏ ਦੇ ਵਿੱਚ ਬਹੁਤ ਸੀ ਹਾਂਜੀ ਕਈਆਂ ਦੇ ਨਾਮ ਨਹੀਂ ਲਏ ਹੋਏ ਹਾਂਜੀ ਹਾਂਜੀ ਨਹੀਂ ਠੀਕ ਹੈ ਚਲੋ ਕੋਈ ਗੱਲ ਨਹੀਂ ਫੇਰ ਵੀ ਤੇ ਫਿਰ ਤੁਸੀਂ ਵੀ ਕਦੋਂ ਵੀ ਸ਼ੁਰੂ ਕੀਤਾ ਕੰਮ ਢੋਲਕ ਮਾਸਟਰ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਆ ਇਹ ਰਿਹਰਸਲ ਤੁਹਾਨੂੰ ਫਿਰ ਬਾਅਦ ਚ ਢੋਲਕ ਦੇ ਵੀ ਜਲਵੇ ਦਿਖਾਲਾਂਗੇ ਤੇ ਹਾਰਮੋਨੀਅਮ ਦੇ ਵੀ ਇਹਨਾਂ ਦੇ ਵੀ ਦਿਖਾਲਾਂਗੇ ਰਿਕਾਰਡ ਕਰਾਂਗੇ ਆਹ ਥੋੜੀਆਂ ਪਿਕਚਰ ਲੱਗੀਆਂ ਤਾਂ ਬਾਤਰੇ ਤੇ ਹੋਰ ਵਧੀਆ ਪਿਕਚਰ ਸਾਨੂੰ ਮਿਲੂਗੀਆਂ ਹੋਰ ਲਾਵਾਂਗੇ ਤੇ ਆਹ ਹੁਣ ਕੂਲਰ ਇਹੀ ਜਿਹੜਾ ਚਮਕੀਲੇ ਹੋਣਾ ਦੇ ਬੈਡਰੂਮ 'ਚ ਲੱਗਾ ਹੋਇਆ ਸੀ ਇੱਧਰ ਬਾਹਰਲੀ ਸਾਈਡ ਤੋਂ ਥੋੜ੍ਹਾ ਬਾਹਰ ਨਿਕਲ ਕੇ ਤੁਹਾਨੂੰ ਦਿਖਾ ਦਿੰਦਾ ਇਹ ਕੂਲਰ ਪਹਿਲਾਂ ਉਹਨਾਂ ਦੇ ਬੈਡਰੂਮ 'ਚ ਆਹ ਲੱਗਾ ਹੁੰਦਾ ਸੀ ਹੁਣ ਇੱਧਰ ਇੱਕ ਕਮਰਾ ਹੋਰ ਬਣਾ ਕੇ ਇੱਧਰਲੇ ਪਾਸੇ ਲਾਇਆ ਕਿਉਂਕਿ ਆਹ ਪਿਛਲੇ ਪਾਸੇ ਉਹਨਾਂ ਨੇ ਚਮਕੀਲਾ ਸਾਹਿਬ ਉਹਨਾਂ ਨੇ ਪਾਰਕ ਬਣਾਉਣ ਲਈ ਜਗ੍ਹਾ ਮੈਨੂੰ ਲੱਗਦਾ ਰੱਖੀ ਸੀਗੀ ਖਾਲੀ ਹੈ ਨਾ ਘਾਹ ਲਾ ਕੇ ਟ੍ਰੀ ਲਾਉਣ ਲਈ ਪਾਰਕ ਲਈ ਆਹ ਜਗ੍ਹਾ ਸੀਗੀ ਖਾਲੀ ਪਹਿਲਾਂ ਤੇ ਲੈਂਟਰ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਉੱਪਰਲੀ ਫਲੋਰ ਆ ਉੱਪਰ ਫਲੋਰ ਜਾ ਕੇ ਦਿਖਾ ਦਿੰਦੇ ਹਾਂ ਮੇਨ ਸਾਹਮਣੇ ਇੱਧਰ ਗੇਟ ਪਹਿਲਾਂ ਇੱਦਾਂ ਸਾਹਮਣੇ ਨਾ ਗੇਟ ਬਿਲਕੁਲ ਇੱਥੇ ਗੇਟ ਵੱਡਾ ਹੁੰਦਾ ਸੀ ਛੋਟਾ ਗੇਟ ਪਰਲੇ ਪਾਸੇ ਸੀ ਨਹੀਂ ਹੈਗਾ ਹੀ ਨਹੀਂ ਸੀ ਵੱਡਾ ਗੇਟ ਇੱਥੇ ਸਾਰੀ ਛੋਟਾ ਗੇਟ ਛੋਟੇ ਗੇਟ ਸੀ ਇੱਕ ਸਿਰਫ ਛੋਟਾ ਗੇਟ ਸੀਗਾ ਮਾੜਾ ਮੋਟਾ ਆਉਣ ਜਾਣ ਨੂੰ ਥੱਲੇ ਦੀ ਘਾਹ ਲੱਗਿਆ ਸੀ ਥੱਲੇ ਘਾਹ ਲੱਗਿਆ ਸੀ ਠੀਕ ਹੈ ਜੀ ਇੱਧਰ ਉਹਨਾਂ ਨੇ ਥੋੜੀਆਂ ਮੋਦੀਆਂ ਸਬਜ਼ੀਆਂ ਲਾਈਆਂ ਹੋਈਆਂ ਸੀ ਸਬਜ਼ੀਆਂ ਲਾਈਆਂ ਸੀ ਠੀਕ ਹੈ ਠੀਕ ਹੈ ਫਿਰ ਜਿੱਥੇ ਹੁਣ ਤਾਂ ਲੱਗਾ ਐਡਜਸਟ ਫਿਰ ਇੱਥੇ ਕੂਲਰ ਲਾਉਣ ਲੱਗ ਗਏ ਪਹਿਲਾਂ ਕੂਲਰ ਉੱਥੇ ਉਹ ਹੀ ਬਾਹਰੇ ਇਹ ਵੀ ਬਾਹਰੇ ਹੁੰਦਾ ਸੀ ਬਾਹਰੇ ਕੋਲੇ ਲੱਗਦਾ ਸੀ ਦੇ ਵਿੱਚ ਲੱਗਾ ਸੀ ਬਾਹਰ ਨਹੀਂ ਬਣਾਇਆ ਇਹ ਬਾਅਦ ਤੁਸੀਂ ਥੋੜਾ ਕੰਮ ਕਰਿਆ ਹੀ ਗਿਆ ਹੁਣ ਆਪਾਂ ਉੱਪਰ ਚਲੀਏ ਇੱਦਾਂ ਹੌਲੀ ਹੌਲੀ
ਉੱਪਰ ਵੀ ਦੇਖ ਲਈਏ ਉੱਪਰ ਕੀ ਉਹ ਬਣਾਉਂਦੇ ਸੀ ਕਿੱਦਾਂ ਦਾ ਉਹਨਾਂ ਦਾ ਸੋਚ ਸੀਗੀ ਮੂਹਰੇ ਆ ਜਾਓ ਤੁਸੀਂ ਅੱਗੇ ਇਹ ਉਹਨਾਂ ਨੇ ਬੈਠਣ ਲਈ ਆਪਣੇ ਲਈ ਬਣਾਇਆ ਸਕਦਾ ਉਸ ਟਾਈਮ ਤੁਸੀਂ ਮੂਹਰੇ ਹੋ ਜਾਓ ਜੈਮਨ ਹੁਣੇ ਹੁਣ ਆਪਾਂ ਨੂੰ ਨਾਲ ਜਾ ਕੇ ਦਿਖਾਉਣਗੇ ਉੱਪਰ ਜਿਹੜੀ ਫਲੋਰ ਉਹਨਾਂ ਨੇ ਬਣਾਈ ਸੀਗੀ ਆਪਣੇ ਲਈ ਬੱਚਿਆਂ ਦੇ ਹਿਸਾਬ ਨਾਲ ਜਿੱਦਾਂ ਆਪਾਂ ਇੱਕ ਕਹਿ ਦਿੰਦੇ ਹਾਂ ਦੋ ਘਰ ਹੋਣ ਪੋਸ਼ਣ ਦੂਜਾ ਪੋਸ਼ਣ ਇਹ ਜਿੱਦਾਂ ਇੱਥੋਂ ਸ਼ੁਰੂ ਹੋ ਜਾਂਦਾ ਆਹ ਬਣਾਇਆ ਸੀਗਾ ਇਹਨਾਂ ਨੇ ਇੱਥੇ ਬੈਠਣ ਲਈ ਸੇਮ ਥੱਲੇ ਵਾਂਗੂ ਡਬਲ ਸਟੋਰੀ ਜਿੱਦਾਂ ਡਬਲ ਦੋਵਾਂ ਜਾਣਿਆਂ ਲਈ ਕਹਿੰਦੀ ਘਰ ਬਣਾਉਣਾ ਡਬਲ ਸਟੋਰੀ ਇੱਦਾਂ ਜਿੱਦਾਂ ਥੱਲੇ ਸੀਗਾ ਇੱਦਾਂ ਇੱਥੇ ਬਣਾਇਆ ਅਤੇ ਫਿਰ ਆਹ ਕਮਰਾ ਸੀਗਾ ਬੈਡਰੂਮ ਤਿਆਰੀ ਬਨੇਰੇ ਬਨੂਰਿਆਂ ਦੀ ਬਾਅਦ ਵਿੱਚ ਹੋਈ ਆ ਸਾਰਾ ਕੁਛ ਬਾਦਰੇ ਬੂਦਰੇ ਸਭ ਕੁਛ ਬਾਹਰ ਚੋਂ ਕੱਢਿਆ ਲੈਂਟਰ ਹੀ ਖੋਲਿਆ ਸੀ ਪੂਰਾ ਲੈਂਟਰ ਸੀ ਤੇ ਕੋਰੀਆਂ ਹੀ ਦੁਬਾਰਾ ਸੀ ਪੂਰਾ ਲੈਂਟਰ ਹੀ ਖੋਲਿਆ ਪਾਣੀ ਛੱਡਿਆ ਹੋਇਆ ਸੀ ਠੀਕ ਹੈ ਕਿੰਨੀ ਕੁ ਦੇਰ ਬਾਅਦ ਫਿਰ ਇਹਨੂੰ ਤਿਆਰੀ ਕਰਵਾਈ ਇਹਦੀ ਜਦੋਂ ਸਾਲ ਡੇਢ ਸਾਲ ਬਾਅਦ ਤਿਆਰੀ ਕਰਾਤੀ ਸੀ ਸਟਾਰਟ ਇਹ ਫਿੱਤਰ ਨਾਨਾ ਜੀ ਨੇ ਕਰਾਈ ਸੀ ਸਾਰੀ ਨਾਨਾ ਜੀ ਨੇ ਸਾਰੀ ਤਿਆਰੀ ਕਰਵਾਈ ਹੈ ਨਾ ਜਨਸਿੰਘ ਨੇ ਕਰਾਈ ਸੀ ਜੀ ਆਪਣੇ ਅੰਡਰ 96 ਚ ਪੂਰੇ ਹੋ ਗਏ ਸੀ ਉਹ ਅੱਛਾ 96 ਚ ਉਹਨਾਂ ਦੀ ਡੈਥ ਹੋ ਗਈ ਹੈ ਨਾ 96 ਇੱਥੇ ਹੀ ਰਹੇ ਸੀ ਫਿਰ ਰਿਟਾਇਰਮੈਂਟ ਲੈ ਕੇ ਰਿਟਾਇਰਮੈਂਟ ਸਿਆਣੇ ਸੀਗੇ ਕਿੰਨੀ ਕੇਜ ਸੀਗੀ ਇਹਨਾਂ ਦੀ ਉਹਨਾਂ ਦੀ ਏਜ ਕੋਈ ਜ਼ਿਆਦਾ ਨਹੀਂ ਸੀ 55 ਕੋ ਦੀ ਸੀਗੀ ਅੱਛਾ ਠੀਕ ਆ ਉਹਨਾਂ ਦਾ ਬਹੁਤ ਜਲਦੀ ਚਲੇ ਗਏ ਉਹ ਵੀ ਜਲਦੀ ਚਲੇ ਗਏ ਜਲਦੀ ਚਲੇ ਗਏ ਐਕਸੀਡੈਂਟ ਹੋ ਗਿਆ ਕਿ 70 80 ਸਾਲ ਤਾਂ 60 ਕੋ ਸਾਲ ਉਹ ਤਾਂ ਮੇਰੇ ਖਿਆਲ 60 ਤੋਂ ਵੀ ਨਹੀਂ ਹੋਣੇ ਉਹ ਅੱਛਾ ਅੱਛਾ ਜੀ ਜਲਦੀ ਚਲੇ ਗਏ ਨਾ ਤੇ ਠੀਕ ਉਹਨਾਂ ਦੀ ਦੇਖ ਰੇਖ ਚ ਫਿਰ ਸਾਰੀ ਉੱਪਰ ਦੀ ਦੇਖ ਰੇਖ ਚ ਰਿਹਾ ਫਿਰ 96 ਤੋਂ ਬਾਅਦ ਮੈਂ ਇੱਥੇ ਆ ਗਿਆ ਸੀ ਫਾਰਸ਼ ਵੀ ਫਿਰ ਮੇਰੇ ਜਾ ਗਿਆ ਦੇਖ ਰੇਖ ਚ ਹਾਂਜੀ ਹਾਂਜੀ ਫਿਰ ਹੌਲੀ ਹੌਲੀ ਮਤਲਬ ਉਹਨਾਂ ਨੇ ਤਿਆਰੀ ਕਰਾਈ ਹੋ ਸੀਗੀ ਤੁਸੀਂ ਪੇਂਟ ਵੀ ਉਹਨਾਂ ਨੇ ਕਰਾ ਕੇ ਸਾਰਾ ਰੈਡੀ ਕਰਾਈ ਦਿੱਤਾ ਪੇਂਟ ਤਾਂ ਤਿੰਨ ਵਾਰ ਹੋ ਚੁੱਕਿਆ ਹੁਣ ਪੇਂਟ ਫੇਰ ਕਰਾਣਾ ਹਾਂ ਸਾਡੇ ਬਾਹਰ ਨਾ ਸੜਕ ਟੁੱਟੀ ਹੋਈ ਸਾਰਾ ਸੀਵਰੇਜ ਪਿਆ ਹਾਂ ਸੀਵਰੇਜ ਪੈ ਜੂਗਾ ਉਹ ਤੋਂ ਬਾਅਦ ਬਹੁਤ ਆ ਹੁਣ ਆ ਅਗਲੀ ਗਰਮੀਆਂ ਨਾਲ ਸਰਦੀਆਂ ਦੇ ਵਿੱਚ ਮੈਂ ਪੇਂਟ ਦਾ ਕੰਮ ਸਟਾਰਟ ਕਰਾ ਦੇਣਾ ਉਹ ਤੋਂ ਬਾਅਦ ਸਾਰਿਆਂ ਨੂੰ ਕਹਾਂਗੇ ਜਿੰਨੀ ਕੋਈ ਹੈਲਪ ਵੀ ਕਰ ਸਕਦਾ ਉਹ ਵੀ ਕਰੇ ਤੇ ਪੇਂਟ ਵੀ ਸਾਰੇ ਹੋ ਜਵੇ ਹਾਂ ਬਹੁਤ ਸੋਹਣਾ ਕਰਾਉਣਾ ਵਧੀਆ ਕਰਾਉਣਾ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਚਲੋ ਜਿੱਦਾਂ ਵੀ ਹੈਗਾ ਇਹਨਾਂ ਨੇ ਮਿਹਨਤ ਕਰਦੇ ਆ ਤੁਹਾਨੂੰ ਗੁਣ ਪਾਣੀ ਇਹਨਾਂ ਦਾ ਦਿਖਾਉਂਦੇ ਆ ਕੋਈ ਗੱਲ ਨਹੀਂ ਕਿੰਨੀ ਮਿਹਨਤ ਕਰਦੇ ਆ ਪਹਿਲਾਂ ਹੋਰ ਸੀਗਾ ਪਰ ਹੁਣ ਕਾਫੀ ਫਰਕ ਪਿਆ ਅੱਗੇ ਨਾਲੋਂ ਆ ਤੁਹਾਨੂੰ ਦਿਖਾ ਦੇ ਰਹੇ ਲੈਕਾਂ ਇੱਦਾਂ ਬਾਦਰੇ ਦੇ ਵਿੱਚ ਰਖਾਈਆਂ ਸੀਗੀਆਂ ਉਹਨਾਂ ਨੇ ਉਸ ਟਾਈਮ ਕਾਫੀ ਪੁਰਾਣੇ ਟਾਈਮ ਦੀ ਗੱਲ ਆ ਉਸ ਵੇਲੇ ਮੈਨੂੰ ਲੱਗਦਾ ਇੰਨੇ ਵਧੀਆ ਮਕਾਨ ਨਹੀਂ ਬਣਦੇ ਹੋਣੇ ਜਿੰਨੇ ਉਦੋਂ ਆਇਆ ਵਧੀਆ ਸੀਗੇ ਇਹਨਾਂ ਲੈਂਟਰ ਪਾ ਕੇ ਟੋਪ ਦਾ ਮਕਾਨ ਵਧੀਆ ਜਗ੍ਹਾ ਵੀ ਬਹੁਤ ਵਧੀਆ ਟਿਕਾਣੇ ਦੇ ਲਈ ਉਹਨਾਂ ਨੇ ਤੇ ਬਾਥਰੂਮ ਉੱਪਰ ਅਟੈਚ ਇੱਦਾਂ ਬਣਾਇਆ ਸੀਗਾ ਸਾਰਾ ਬਹਿਣ ਲਈ ਜਿੱਦਾਂ ਕਲਾਕਾਰਾਂ ਦੇ ਬਣੇ ਹੁੰਦੇ ਕਮਰੇ ਉਸ ਹਿਸਾਬ ਨੇ ਉਹਨਾਂ ਨੇ ਬਣਾਇਆ ਸੀਗਾ ਤੇ ਆਹ ਬੈਡਰੂਮ ਸੀਗਾ ਇਹ ਤਾਂ ਹਾਲੇ ਵਰਤੋਂ 'ਚ ਆਇਆ ਨਹੀਂ ਕਿਉਂਕਿ ਬਾਅਦ ਵਿੱਚ ਰੈਡੀ ਹੋਇਆ ਉਹਨਾਂ ਦੀ ਘੱਟ ਹੀ ਵਰਤੋਂ 'ਚ ਸੀਗਾ ਵੈਸੇ ਹੀ ਉੱਦਾਂ ਹੀ ਰੱਖਿਆ ਕਿ ਮੇਨ ਗੈਸਟ ਕੋਈ ਆਇਆ ਗਿਆ ਹੋਵੇ ਹਾਂ ਫਿਰ ਉਹਨੂੰ ਉੱਤੇ ਪਾ ਲਈਦਾ ਤੇ ਇਹਦੇ ਵਿੱਚ ਉਹਨਾਂ ਦੇ ਸੁਪਨੇ ਜਿਹੜੇ ਸੀਗੇ ਚੰਗੀਲਾ ਸਾਹਿਬ ਦੇ ਬਹੁਤ ਅਧੂਰੇ ਰਹਿ ਗਏ ਪਤਾ ਨਹੀਂ ਉਹਨੇ ਕਿਹੜੀ ਸੋਚ ਦੇ ਨਾਲ ਬਣਾਇਆ ਹੋਊ ਕਿੱਦਾਂ ਕਿੱਦਾਂ ਕੀ ਸੋਚਿਆ ਹੋਊਗਾ ਤੇ ਸਾਰੀ ਕਿਚਨ ਵੀ ਉੱਪਰ ਮਤਲਬ ਕਹਿੰਦਾ ਡਬਲ ਸਟੋਰੀ ਸੇਮ ਉਹੀ ਸਾਰੀਆਂ ਚੀਜ਼ਾਂ ਬੈਡਰੂਮ ਡਰਾਇੰਗ ਰੂਮ ਸਟੋਰ ਕਿਚਨ ਬਾਥਰੂਮ ਸਾਰਾ ਕੁਛ ਅੱਛਾ ਪੌੜੀਆਂ ਨਹੀਂ ਸੀ ਮਿਲੀਆਂ ਆ ਲੈਂਟਰ ਵੀ ਨਹੀਂ ਸੀਗਾ ਅੱਛਾ ਆ ਵੀ ਲੈਂਟਰ ਇਹ ਲੈਂਟਰ ਓਪਨ ਸੀ ਸਾਰਾ ਇੱਥੋਂ ਮੋਰੇ ਉਹਨਾਂ ਨੇ ਓਪਨ ਰੱਖਿਆ ਸੀਗਾ ਐਂਟਰੀ ਦੇ ਵਿੱਚੋਂ ਤੇ ਇਹਨਾਂ ਨੇ ਲੈਂਟਰ ਬਾਅਦ ਚ ਪਾ ਕੇ ਰੈਡੀ ਗਰਾਊਂਡ ਫਲੋਰ ਦੇ ਹਿਸਾਬ ਨਾਲ ਨਾ ਪਹਿਲਾਂ ਨਹੀਂ ਰੈਡੀ ਹੋਣ ਦੇ ਟਾਈਮ ਇੰਨੀ ਕੋ ਦੀਵਾਰ ਸੀ ਸਿਰਫ ਥੱਲੇ ਵੀ ਅੱਛਾ ਅੱਛਾ ਇੰਨੀ ਦੀਵਾਰ ਸੀਗੀ ਫਿਰ ਇੱਕ ਵਾਰ ਉਹਨਾਂ ਨੇ ਚਕਵਾਈ ਪੂਰਾ ਮਤਲਬ 10 ਫੁੱਟ ਦੀ ਕੀਤੀ ਬਾਅਦ ਵਿੱਚ ਦੁਬਾਰਾ ਉੱਚੀ ਕੀਤੀ ਪਹਿਲਾਂ 10 ਫੁੱਟ ਦੀ ਵੀ ਕਰਕੇ ਫਿਰ ਸਾਡੇ ਚੋਰੀ ਹੋ ਗਈ ਸੀਗੀ ਅੱਛਾ ਪਹਿਲਾਂ ਕਿਉਂਕਿ ਉਹ ਫਿਰ ਉਹਨਾਂ ਨੇ ਹੋਰ ਚਕਵਾਤੀ ਉਦੋਂ ਜੇ ਮੈਨੂੰ ਲੱਗਦਾ ਸਮਾਂ ਵਧੀਆ ਹੁੰਦਾ ਸੀਗਾ ਨਾ ਚੋਰੀਆਂ ਚੋਰੀਆਂ ਦਾ ਡਰ ਨਹੀਂ ਹੁੰਦਾ ਸੀ ਤਾਂ ਉਹ ਦੁਬਾਰ ਜਿੱਦਾਂ ਸ਼ਹਿਰਾਂ ਦੇ ਵਿੱਚ ਮੈਂ ਦੇਖਿਆ ਸਾਰੀਆਂ ਦੀਆਂ ਛੋਟੀਆਂ ਦੁਬਾਰਾਂ ਹੁੰਦੀਆਂ ਸੀਗੀਆਂ ਤੇ ਸਾਰੀਆਂ ਲੈਂਸਰ ਹੀ ਇੰਨੀਆਂ ਨਹੀਂ ਸੀ ਤੇ ਖਿੜਕੀ ਲੱਗੀ ਹੁੰਦੀ ਸੀ ਇੱਕ ਬਸ ਕਾਰ ਨੂੰ ਉਹ ਪਹਿਲਾਂ ਹੁੰਦੀ ਇਦਾਂ ਸੀ ਇੱਥੇ ਨਲਕਾ ਲੱਗਿਆ ਜੀ ਸਾਈਡ ਕਿਉਂਕਿ ਹੁਣ ਗੱਡੀਆਂ ਸਾਰਿਆਂ ਨੇ ਲੈ ਲਈਆਂ ਹੁਣ ਗੇਟਾਂ ਦੀ ਲੋੜ ਪੈਂਦੀ ਆ ਹਾਂਜੀ ਉਦੋਂ ਸਾਰਿਆਂ ਦੀ ਖਿੜਕੀਆਂ ਲੱਗੀਆਂ ਹੁੰਦੀਆਂ ਸੀ ਤੇ ਖਿੜਕੀਆਂ ਦੇ ਨਾਲ ਹੀ ਹਾਂਜੀ ਹਾਂਜੀ ਉਹਦੇ ਵਿੱਚ ਐਂਟਰੀ ਕਰ ਲੈਂਦੇ ਸੀ ਤੇ ਖਾਲੀ ਰੱਖਿਆ ਹੁੰਦਾ ਸੀ ਹੁਣ ਗੱਡੀਆਂ ਦੇ ਹਿਸਾਬ ਨਾਲ ਆਪਾਂ ਨੂੰ ਉਹ ਵੀ ਕੱਚਾ ਫੇਮ ਵੀ ਪੱਕਾ ਕਰਨਾ ਪਿਆ ਅੱਛਾ ਉਹਨਾਂ ਦੀ ਗੱਡੀ ਜਿਹੜੀ ਇਨਵੈਸਟਰ ਸੀਗੀ ਅੱਛਾ ਇਨਵੈਸਟਰ ਇੱਥੇ ਬਾੜ ਲੈਂਦੇ ਤੁਸੀਂ ਇੱਧਰ ਦੀ ਜੀ ਪਹਿਲਾਂ ਇਸ ਪਾਸੇ ਹੁਣ ਤਾਂ ਬੈਕ ਸਾਈਡ ਦੇ ਉੱਤੇ ਲੱਗਾ ਹੁਣ ਜਿੱਥੇ ਆ ਸਕੂਟਰੀ ਖੜੀ ਹੈ ਇਹਨਾਂ ਦੀ ਜਮਨ ਉਹਨਾਂ ਦੀ ਇੱਥੇ ਗੱਡੀ ਉਹ ਜਿਹੜੀ ਇਨਵੈਸਟਰ ਸੀਗੀ ਇੱਥੇ ਖੜੀ ਕਰਦੇ ਹੁੰਦੇ ਸੀਗੇ ਖੜ ਕੇ ਤਾਂ ਇੱਥੋਂ ਮਜੀਸ਼ੀਅਨ ਤੇ ਇੱਥੋਂ ਤਿਆਰ ਹੋ ਕੇ ਸਾਰੇ ਇਹ ਪ੍ਰੋਗਰਾਮ ਦੇ ਕਿਉਂਕਿ ਜਿੱਧਰ ਹੁਣ ਮੈਂ ਖੜਾਈ ਹੋਈ ਹੈ ਉਧਰ ਦੇ ਪਾਸੇ ਉਹ ਜਗ੍ਹਾ ਨਹੀਂ ਹੈਗੀ ਸੀ ਨਾ ਗੱਡੀ ਹਾਂ ਉਧਰ ਤੇ ਫੈਂਟਰੀ ਸੀਗੀ ਨਾ ਉਧਰ ਹਾਂ ਉਧਰ ਤਾਂ ਸਿਰਫ ਇੱਕ ਪਾਰਕ ਬਣਾਈ ਹੋਈ ਸੀ ਉਹਨਾਂ ਨੇ ਬੈਠਣ ਉੱਠਣ ਨੂੰ ਸ਼ਾਮ ਨੂੰ ਆ ਗਏ ਆ ਜਾਓ ਉੱਪਰ ਚਲੋ ਜੀ ਹੁਣ ਉੱਪਰ ਵੀ ਜਾਣਾ ਚਲੋ ਇੱਕ ਮਿੰਟ ਜੀ ਦਿਓ ਸਾਨੂੰ ਕਰੀਆ ਜੀ ਚਾਹ ਰੈਡੀ ਕਰ ਲਈਏ ਤੁਹਾਨੂੰ ਆ ਦਿਖਾਉਣਾ ਬਹੁਤ ਜ਼ਰੂਰੀ ਸੀ
ਕਿਉਂਕਿ ਉਦਾਂ ਤੁਸੀਂ ਗੱਲਾਂ ਬਾਤਾਂ ਸਾਰੀਆਂ ਸੁਣਦੇ ਰਹਿੰਦੇ ਆ। ਇਹ ਮੇਰਾ ਕਸਰ ਦਾ ਰੂਮ ਆ। ਆ ਉੱਪਰ ਜਿਮ ਹੋਣਾ ਨੇ ਹੁਣ ਇਹਨੂੰ ਚਾਲੂ ਕੀਤਾ। ਹਾਂ ਤੇ ਕਰਕੇ ਤਾਂ ਕਾਫੀ ਫਰਕ ਵਧੀਆ ਲੱਗਿਆ। ਆ ਜੀ ਛੱਤ ਉੱਪਰ ਲਈ ਆ ਲਾਈਟ ਜਾਣ ਲਈ ਇਹਨਾਂ ਨੇ ਥੋੜੀ ਜਿਹਾ ਰੱਖਿਆ ਸੀਗਾ ਇੱਥੇ। ਇਹ ਚਮਕੀਲਾ ਸਿਮ ਉਹਨਾਂ ਦੇ ਲੈਂਟਰ ਦੇ ਵਿੱਚ ਸਾਰਾ ਕੁਝ ਪਹਿਲੇ ਹੋਇਆ। ਸਾਰਾ ਬਾਅਦ ਚ ਹੀ ਬਣਾਇਆ ਮੈਂ। ਆਹ ਸਾਈਡ ਬਾਅਦ ਚ ਆ। ਇਹ ਸਾਰਾ ਇੱਥੋਂ ਲੈਂਟਰ ਇੰਨਾ ਆ ਉੱਪਰ ਮੌਂਟੀ ਆ ਸਟੋਰ ਛੋਟਾ ਜਿਹਾ ਇਹ ਸਾਰਾ ਬਾਅਦ ਚੋਂ ਬਣਾਇਆ ਸਮਾਨ। ਤੇ ਸ਼ਹਿਰ ਦੇ ਵਿੱਚ ਇਦਾਂ ਥੱਲੇ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹੈ ਨਾ। ਹਾਂਜੀ ਹਾਂਜੀ। ਫਿਰ ਉੱਪਰ ਉਸ ਹਿਸਾਬ ਨਾਲ ਤੁਸੀਂ ਬਣਾ ਲਿਆ। ਠੀਕ ਹੈ ਜੀ ਵਧੀਆ ਬਹੁਤ। ਇਹ ਹੈ ਜੀ ਇੰਨਾ ਦਿਮਾਗੀ ਤੌਰ ਤੇ ਦੇਖ ਕੇ ਲਿਆ ਸੀ ਨਾ ਇਧਰੋਂ ਆਰਾਮ ਨਾਲ ਹੀ ਦਿੱਲੀ ਰੋਡ ਇਧਰੋਂ ਚੰਡੀਗੜ੍ਹ ਇਥੋਂ ਸਮਰਾਲਾ ਚੋਂ ਆ ਬਈ ਇਥੋਂ ਚੜ ਜਾਓ ਉਹਨਾਂ ਨੂੰ ਪਤਾ ਦੁਆਬਾ ਜਿੱਧਰ ਮਤਲਬ ਦੁਆਬਾ ਮਾਝਾ ਜਿੱਧਰ ਮਰਜ਼ੀ ਚਲੇ ਜਾਓ ਉਹਨਾਂ ਨੂੰ ਪਤਾ ਸੀਗਾ ਨਾ ਪ੍ਰੋਗਰਾਮਾਂ ਤੇ ਰੋਜ਼ ਜਾਣਾ। ਹਾਂਜੀ ਹਾਂਜੀ ਉਹਨਾਂ ਨੇ ਲੋਕੇਸ਼ਨ ਦੇਖ ਕੇ ਉਸ ਹਿਸਾਬ ਦਾ ਵੀ ਰੋਡ ਦੇ ਉੱਤੇ ਇਥੋਂ ਪੈ ਜਾਓ ਤੇ ਜਿੱਦਾਂ ਨਿਕਲਣਾ ਨਿਕਲ ਜਾਓ। ਮੈਨੂੰ ਲੱਗਦਾ ਦਫ਼ਤਰ ਜਿੱਦਾਂ ਦਫ਼ਤਰ ਵਿੱਚ ਪੈਂਦਾ ਸੀ ਲੁਧਿਆਣੇ ਦੇ ਦਫ਼ਤਰ ਨਾਲੋਂ ਨਹੀਂ ਬਾਹਰ ਬਾਰੇ ਪ੍ਰੋਗਰਾਮ ਇਧਰੋਂ ਜਾਣ ਦਾ ਘਰ ਰੱਖਿਆ ਹੋਣਾ ਵੀ ਉੱਥੇ ਦਫ਼ਤਰ ਨੂੰ ਨਾ ਜਾਣਾ ਪਵੇ ਇਧਰੋਂ ਬਾਹਰੋਂ ਬਾਹਰ ਜਿੱਧਰ ਮਰਜ਼ੀ ਨਿਕਲ ਜਾਓ। ਸਾਰਾ ਉਸ ਮਤਲਬ ਕਿ ਚੰਗੀ ਸੋਚ ਦੇ ਮਾਲਕ ਸੀਗੇ ਹੁਣ ਤਾਂ ਪਤਾ ਨਹੀਂ ਕਿੱਥੇ ਕਿੱਥੇ ਬਣਾ ਦੇਣੇ ਸੀ ਉਹਨਾਂ ਨੇ। ਸੋਚ ਤਾਂ ਕੀ ਕਹਿ ਸਕਦੇ ਨੇ ਸਾਰੀ ਦੁਨੀਆ ਐਵੇਂ ਥੋੜੀ ਉਹਨਾਂ ਨੂੰ ਯਾਦ ਕਰਦੀ ਆ। ਸੋਚ ਕਰ ਅਸੀਂ ਉਹ ਹੁਣ ਨੂੰ ਪਤਾ ਨਹੀਂ ਕੀ ਕੁਝ ਬਣਾ ਦੇਣਾ ਸੀਗਾ ਬਹੁਤ ਕੁਝ ਤਾਂ ਅਸੀਂ ਵੀ ਛੋਟੇ ਸੀਗੇ ਸਾਨੂੰ ਵੀ ਸਿੱਖਣ ਨੂੰ ਨਹੀਂ ਫੇਰ ਕਈ ਪਲਾਟ ਤਾਂ ਇੱਥੇ ਲੱਗੇ ਮੈਨੂੰ ਪਤਾ ਵੀ ਕਈ ਪਲਾਟ ਤਾਂ ਤੁਹਾਡੇ ਹੋਣੇ ਸਾਡੇ ਹੀ ਹੋਣੇ ਸੀਗੇ ਸਾਰੇ ਪਲਾਟ ਤੁਹਾਡੇ ਹੋਣੇ ਸੀ ਤੇ ਜਵਾਕ ਵੀ ਛੋਟੇ ਸੀਗੇ ਕੀ ਕੁਝ ਦੇਖਣ ਨੂੰ ਹੋਣਾ ਸੀਗਾ ਤੇ ਉਹ ਸਮਾਂ ਜਿੱਦਾਂ ਕਹਿ ਦਈਏ ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਨਹੀਂ ਦਿੱਤਾ ਜਿੰਨਾ ਇਹਨੂੰ ਵਰਤਣ ਲਈ ਇਹ ਤੇਰੇ ਕਰਮਾਂ 'ਚ ਜਿੰਨਾ ਕੁ ਸੀਗਾ ਤੁਸੀਂ ਵਰਤਦੇ ਹਾਂ ਅਤੇ ਉਹਨਾਂ ਨੂੰ ਵਰਤਣ ਦਾ ਸਮਾਂ ਨਹੀਂ ਮਿਲਿਆ ਉਹ ਤਾਂ ਮਿਹਨਤ ਦੇ ਵਿੱਚ ਕਦੇ ਗਏ ਬਈ ਮਿਹਨਤ ਕਰਦੇ ਕਰਦੇ ਚਲੇ ਗਏ ਤਾਂ ਬਣਾਉਂਦੇ ਹੀ ਚਲੇ ਗਏ ਉਹ ਲੈਂਟਰ ਪਾ ਕੇ ਵਿੱਚ ਬੰਦਾ ਰਹਿੰਦਾ ਫਿਰ ਉਹ ਫੀਲਿੰਗ ਥੋੜ੍ਹੀ ਹੋਰ ਹੁੰਦੀ ਹੈ ਤਾਂ ਐਂ ਸੀ ਨਾ ਜਵਾਕ ਹੋ ਗਏ ਸੀਗੇ ਹੁਣ ਤਾਂ ਸਾਰਾ ਟਾਈਮ ਆਇਆ ਸੋਚਣਾ ਸ਼ੁਰੂ ਕਰਤਾ ਸੀ ਜਾਂ ਜ਼ਮੀਨ ਬਣਾਉਣੀ ਸਟਾਰਟ ਕਰਤੀ ਨਿਆਣਿਆਂ ਨੂੰ ਟਾਈਮ ਦੇਣ ਲੱਗ ਗਏ ਸੀਗੇ ਹੁਣ ਜਾਣ ਲੱਗ ਗਏ ਸੀ ਪਰ ਸਮਾਂ ਥੋੜ੍ਹਾ ਸੀਗਾ ਉਹਨਾਂ ਨੂੰ ਪਤਾ ਨਹੀਂ ਸੀਗਾ ਸਮਾਂ ਥੋੜ੍ਹਾ ਮਿਲਿਆ ਸਮਾਂ ਥੋੜ੍ਹਾ ਮਿਲਿਆ ਹੋਰ ਹੋ ਜਾਂਦਾ ਤੇ ਫਿਰ ਸਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲ ਜਾਣਾ ਹਾਂਜੀ ਐਵੇਂ ਬਸ ਛੋਟੀ ਜਿਹੀ 2 ਮਿੰਟ ਦੀ ਗਲਤੀ ਨੇ ਇਹਦੀ ਵੱਡੀ ਸਜ਼ਾ ਹੋ ਗਈ ਆ ਦੁਨੀਆ ਦੇਖੋ ਇੰਨਾ ਪਿਆਰ ਕਰਦੀ ਇੰਨਾ ਚਾਹੁੰਦੇ ਉਹਨਾਂ ਨੂੰ ਬਾਰਿਸ਼ ਹੋ ਗਈ ਸਟਾਰਟ ਚਲੋ ਦਿਖਾਤਾ ਆ ਸਾਰਾ ਜੀ ਇਹਨਾਂ ਦਾ ਫਰੰਟ ਮੋਰਲਾ ਪਾਸਾ ਅਤੇ ਇਹ ਸੀਗਾ ਜੀ ਉਹਨਾਂ ਦਾ ਘਰ ਬਾਰ ਹੁਣ ਤੁਹਾਨੂੰ ਥੋੜ੍ਹਾ ਜਿਹਾ ਗਾਉਣ ਪਾਣੀ ਵੀ ਸੁਣਾਵਾਂਗੇ ਇੰਜੋਏ ਕਰਾਉਂਦੇ ਹਾਂ ਅਤੇ ਹੋਰ ਕੋਈ ਗੱਲਬਾਤ ਕਦੀ ਦੇਖਣੀ ਪੁੱਛਣੀ ਕਰਨੀ ਜ਼ਰੂਰ ਦੱਸਿਆ ਕਰੋ ਦੱਸੋ ਠੀਕ ਹੈ ਜੀ ਚਲੋ ਜੈਮਨ ਜੀ ਹੁਣ ਫਿਰ ਗਾਉਣ ਪਾਣੀ ਚੱਲੂ ਖੁੱਲ੍ਹਾ ਹਾਂਜੀ ਹਾਂਜੀ ਯਾਰ ਪਹਿਲਾਂ ਚਾਹ ਪੀਂਦੇ ਆ ਕੋਟ ਕੋਟ ਗਰਮ ਹੋ ਕੇ ਤੇ ਫਿਰ 2-4 ਸੌਂਗ ਸੁਣਾਉਣੇ ਗਾਣੇ ਲੋਕਾਂ ਨੂੰ ਠੀਕ ਹੈ ਜੀ ਓਕੇ ਜੀ